ਲਓ ਜੀ ਟਰੈਲੀ ਖਾਲੀ ਕਰਨ ਚੱਲੇ ਹਾਂ। ਝੋਨਾ ਸੀਗਾ ਲੱਦਿਆਈ 'ਚ, ਮੰਡੀ 'ਚ ਵੱਧ ਗਿਆ ਸੀਗਾ, ਉਹ ਸੈਲਰ ਖਾਲੀ ਕਰਕੇ ਅਤੇ ਆਲੂ ਦੀਆਂ ਬੋਰੀਆਂ ਲੱਦਣੀਆਂ ਹੁਣ ਇਹ 'ਚ, ਸੈਲਰ ਖਾਲੀ ਕਰਕੇ ਲਿਆਉਂਦੇ ਹਾਂ, ਫਿਰ ਪਾਉਂਦੇ ਹਾਂ ਮੂਹਰੇ ਡੱਡੂਆ ਟਰੈਕਟਰ, ਮਿਲਦੇ ਹਾਂ ਫਿਰ ਖੇਤਾਂ 'ਚ। ਪੰਜਾਬ ਟਰੈਕਟਰ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਆ। ਅੱਜ ਚੱਲਦੀ ਪਈ ਆਲੂਆਂ ਦੀ ਪਟਾਈ, ਸਵੇਰ ਦੇ ਲੱਗੇ ਸੀ ਪੱਟਣ, 30 ਕੁ ਬੰਦੇ ਆ। ਚੱਲਦੀ ਵੀ ਪਟਾਈ, ਤਿੰਨ ਖੇਤ ਵਾ ਲੱਗੇ ਸੀ, 25-30 ਬੰਦੇ ਆ ਸਵੇਰ ਦੇ ਪੱਟਣ ਲੱਗੇ ਸੀ, ਪੱਟ ਹੋ ਗਏ ਅੱਜ, ਹੁਣ ਦੇਖਦੇ ਹਾਂ ਲੱਦ ਕੇ ਕਿੰਨੀਆਂ ਬੋਰੀਆਂ ਹੁੰਦੀਆਂ। ਟਰੈਲੀ ਤਾਂ ਖਾਲੀ ਕਰ ਜਾਂਦੀ ਸੀ ਝੋਨੇ ਦੀ ਸੈਲਰ 'ਚ, ਜਿਹੜੀਆਂ ਬੋਰੀਆਂ ਬਚੀਆਂ ਪਈਆਂ। ਪਖਰਾਜ ਦਾ ਬੀ ਲਾਇਆ ਸੀਗਾ, ਥੋੜ੍ਹਾ ਗਲ ਗਿਆ ਸੀ ਇੱਥੇ, ਵੀ ਹੋਏ ਨਹੀਂ ਚੰਗੀ ਤਰ੍ਹਾਂ, ਇੱਥੇ ਅੱਗੇ ਬਹੁਤ ਵਧੀਆ ਹੁੰਦੇ ਸੀ ਵੀ ਆਲੂ, ਇਸ ਵਾਰ ਥੋੜ੍ਹਾ ਗਲ ਗਿਆ ਸੀਗਾ ਵੀ। ਲਓ ਜੀ ਦੋਸਤੋ, ਥੋੜ੍ਹਾ ਜਿਹਾ ਰਹਿ ਗਿਆ ਪੱਟਣ ਨੂੰ, ਅਤੇ 30-40 ਬੋਰੀਆਂ ਹੋਰ ਹੋਣੀਆਂ, 230 ਕੁ ਬੋਰੀਆਂ ਹੋ ਜਾਣੀਆਂ ਟੋਟਲ ਤਿੰਨਾਂ ਕੁ ਖੇਤਾਂ 'ਚੋਂ, ਅਤੇ ਅੱਜ ਦਾ ਫਿਲਹਾਲ ਇੰਨਾ ਕੁ ਪੱਟਿਆ। ਹੁਣ ਲੱਦਦੇ ਆ ਬੋਰੇ, ਜਾਨੂੰ ਲੇਬਰ ਛੱਡਿਆ ਨਹੀਂ, ਬੋਰੇ ਲੱਦ ਕੇ ਫਿਰ ਜਾਂਦੇ ਲੁਧਿਆਣੇ ਨੂੰ, ਰਾਤ ਸਵੇਰ ਦੀ ਬੋਲੀ ਹੁੰਦੀ ਆ, ਦੇਖਦੇ ਕੀ ਰੇਟ ਲੱਗਦਾ। ਤਿੰਨ ਖੇਤ ਸੀ ਆਹ, ਥੋੜ੍ਹਾ ਜਿਹਾ ਰਹਿ ਗਿਆ ਤਕਰੀਬਨ ਪੱਟਣ ਨੂੰ, 20-30 ਕੁ ਬੋਰੀਆਂ ਹੋਣੀਆਂ ਆਲਮੋਸਟ, ਹੋਰ 180 ਕੁ ਪੱਟ ਹੋ ਗਈਆਂ ਬੋਰੀਆਂ, ਅਤੇ ਹੁਣ ਮਿਲਦੇ ਹਾਂ ਫਿਰ ਲੱਦ ਕੇ ਟਰੈਲੀ। ਲਓ ਜੀ ਆਪਾਂ ਚੱਲੇ ਹਾਂ ਲੇਬਰ ਛੱਡਣ, ਅਤੇ ਹੁਣ ਲੱਦੂਗੇ ਟਰੈਲੀ, ਰਾਤ ਪੈ ਜਾਣੀ ਹੈ, ਦੇਖਦੇ ਜੇ ਰਾਤ ਦੀ ਵੀਡੀਓ ਬਣੀ ਤਾਂ ਪਾਵਾਂਗੇ ਵਿੱਚ, ਕਲਿੱਪ ਐਡ ਕਰਾਂਗੇ, ਬਾਕੀ ਕੱਲ੍ਹ ਨੂੰ ਵੀ ਪੱਟਣੇ ਆਲੂ, ਕੱਲ੍ਹ ਨੂੰ ਹੋਰ ਪਾਸੇ ਪੱਟਣੇ ਆ, ਸ਼ਾਮ ਨੂੰ ਪੱਟਾਂਗੇ ਥੋੜ੍ਹੇ ਜਿਹੇ। ਹਾਂਜੀ ਕਿਸਾਨ ਭਰਾਵੋ, ਕੀ ਹਾਲ ਆ, ਅੱਜ ਦੂਜਾ ਦਿਨ ਆਲੂਆਂ ਦੀ ਪਟਾਈ ਦਾ, ਲੱਗੇ ਹੋ ਪੱਟਣ, ਇੱਧਰ 6 ਕੁ ਖੇਤ ਬੀਜੇ ਹੋ ਆਪਾਂ, ਦੇਖਦੇ ਹਾਂ ਅੱਜ ਕਿੰਨੇ ਕੁ ਪੱਟ ਹੁੰਦੇ ਆ, ਫਿਰ ਬਾਕੀ ਪਰਸੋਂ ਚੌਥ ਨੂੰ ਪੱਟੂਗੇ, ਦੋ ਦਿਨ ਹਟ ਕੇ ਰੁੱਕ ਕੇ, ਕੱਲ੍ਹ ਜਿਹੜੇ 30 ਕੁ ਬੋਰੀਆਂ ਰਹਿੰਦੀਆਂ ਪੱਟਣ ਨੂੰ, ਉਹ ਵੀ ਪੱਟ ਹੋ ਜੂਗੀ ਅੱਜ, ਅਤੇ ਕੱਲ੍ਹ ਰੇਟ ਲੱਗਾ ਆਪਣਾ 1260 ਰੁਪਈਏ ਲੁਧਿਆਣੇ, ਅਤੇ ਅੱਜ ਸ਼ਾਮ ਦੀ ਬੋਲੀ, ਅੱਜ ਟਾਈਮ ਦਾ ਨਿਕਲ ਜਾਣਾ ਲੈ ਕੇ। ਆਹ ਸਹੀ ਆ, ਦੇਖ ਲਓ ਜੀ ਆਲੂ ਦਾ, ਸਾਰਾ ਪਖਰਾਜ ਹੀ ਬੀਜਿਆ ਸੀ ਇੱਧਰ ਵੀ, ਇੱਧਰ ਦੇਖਦੇ ਹਾਂ ਕਿੰਨਾ ਨਿਕਲਦਾ, ਉੱਧਰ ਤਾਂ ਸਾਰਾ ਆਲੂ ਮਰ ਗਿਆ ਸੀਗਾ, ਗਲ ਗਿਆ ਸੀ ਵੀ, ਇੱਧਰ ਬਹੁਤ ਸੋਹਣਾ ਹੋਇਆ ਵਾ, ਉੱਧਰ ਤਿੰਨਾਂ ਖੇਤਾਂ 'ਚ 230 ਕੁ ਬੋਰੀਆਂ ਹੋਣੀਆਂ ਸਾਰੀਆਂ, ਅਤੇ ਅੱਜ ਦੇਖਦੇ ਕਿੰਨੀਆਂ ਪੱਟਦੇ ਆ, ਬਾਕੀ ਫਿਰ ਇੱਧਰ ਲੱਗੀ ਉਹ ਸਾਰੀ ਆਪਣੀ ਕਮਾਦ, ਪਿਛਲੇ ਬਲੋਗ 'ਚ ਦੇਖੀ ਹੋਣੀ, 6 ਕੁ ਖੇਤ, ਪੰਜ ਖੇਤ ਬੀਜੇ ਵਾ ਸਾਰੇ, ਅਤੇ ਹੋ ਗਿਆ ਇਹਨਾਂ ਨੂੰ ਤਕਰੀਬਨ, ਸਰ੍ਹੋਂ ਵੀ ਵਿੱਚ ਬੀਜੀ ਵਾ, ਸਰ੍ਹੋਂ ਤਾਂ ਜੰਮ ਪਈ ਵਾ, ਅਤੇ ਆਹ 6 ਖੇਤ ਵਾ, 3 ਖੇਤ ਪਿਛਲੇ ਪਾਸੇ ਆ ਚੌਥੋਂ,
ਇੱਧਰ ਆਲੂ ਵਧੀਆ ਹੋਇਆ, ਇੱਧਰ ਸਾਰਾ ਵਧੀਆ ਵਾ ਸੋਲ, ਉਹ ਪਰੇ ਆਲੂ ਬਹੁਤ ਮਾੜਾ ਸੀਗਾ, ਉੱਧਰ ਗਲ ਗਿਆ ਸੀ ਬੀਜ ਸਾਰਾ ਹੀ, ਧਿਆਨ ਨਹੀਂ ਮਾਰਿਆ ਉੱਧਰ ਇੰਨਾ, ਅਤੇ ਇੱਧਰੋਂ ਆਲੂ ਨਿਕਲੂ ਵਧੀਆ, ਦੇਖਦੇ ਹਾਂ ਕਿੰਨਾ ਕੁ ਨਿਕਲਦਾ। ਰੇਟ ਵੀ ਵਧੀਆ ਵਾ, 1200-1300 ਲੱਗੀ ਜਾਂਦਾ, ਅਤੇ ਪਾਉਂਦੇ ਹਾਂ ਸ਼ਾਮ ਨੂੰ ਵੀਡੀਓ।